بسم الله الرحمن الرحيم. قال النبي صلى الله عليه وعليه وسلم: القرآن مع عليين وعلي مع القرآن. احسان اللہ دا جس اللہ نے اسا کو انسان بنائے، اللہ اس چیز تے قادر ہے، وہ جانور بناونا چاہیا تا بڑا سکدا ہے، انسان بڑھائی ہے، اس تو بڑا احسان کیتا ہے وہ خالق نے، اللہ نے اسا کو مسلمان بنائے، انسان بڑا ہے، اس تو بڑا احسان ہے وہ خالق دا کہ اللہ نے اسا کو مسلمان بنائے، کافر نے اس بنایا، یہ دو ہی احسان بڑے ہیں، لیکن اگلا احسان اتنا بڑا عظیم کیتا ہے، اس ساری زندگی سجدے کریں دے رہے ونجوں، ہوں احسان بڑا ہے تو شکر ادا نہیں کر سکتے، اللہ نے انسان بڑھایا، مسلمان بڑھایا، اللہ نے سارے دل وچ محبت اہل بیت رکھی، جس دل وچ محبت اہل بیت نہیں، نہ وہ انسان ہے نہ ہی مسلمان، اللہ نے اس کائنات وچ جتنا بھی افراد موجود ہیں اکثریت لوگوں دی دو بیماری چ مبتلا ہے، جتنا بھی کلمہ گو موجود ہیں اکثریت لوگ دو بیماری چ مبتلا ہے، کہیں کو جسمانی تکلیف ہے، کسے کو روحانی تکلیف ہے، کسی دا جسم مریض ہے، کسی دی روح مریض ہے، میں یاد رہنا میرا بھائی، اگر جسمانی تکلیف ہے اس دا علاج ڈاکٹر تو کرا، بکھر وچ بڑے اچھے ڈاکٹر ہیں، انہاں تو علاج کرا گے، بیمار نہ ودا رہے، علاج سنت پیغمبر ہے، جے روحانی تکلیف ہے اس دا علاج یا قرآن ہے یا آل محمد ہے، جسمانی تکلیف واسطے ہاسپیٹل لگاون، روحانی بیماری دا علاج یا قرآن دے ذریعے کر یا آل محمد دے دروازے تے لگاون، پھر دو لفظ بولے ہوئے متوقع اور غیر متوقع، کچھ کم ایسے ہیں جڑے روٹین وچ ہوندے، کچھ ایسے ہیں جڑے روٹین تو ہٹ کے ہوندے، یعنی کچھ ایسے ہیں روزانہ دے بنیاد تے ہیں اور کچھ ایسے ہیں جڑے کدا کدا ہوندے، جو کدا کدا ہوندے او مرضی خدا نال ہوندے، میں کوشش کرے سا طالب علم ہو کے انہاں دو لفظاں دے اتے اپنی سرائکی وچ ڈھال کے کچھ عرض کر گنا، مضمون تہاڈا سنا ہو جائے لیکن میں مضمون دی ترتیب بدل کے چند گزارشات کرنا چاہتا، سلوات پڑھو نا بابا دے بلند اللہ، دیکھو جس بی بی دا بچہ پیدا تھی ہونا ہوئے گھر وچ رہنا
ਇਹ ਰੂਟੀਨ ਦਾ ਕੰਮ ਹੈ। ਵਿਲਾਦਤ ਦਾ ਇੰਤਜ਼ਾਰ ਕਰਨਾ ਇਹ ਰੂਟੀਨ ਹੈ। ਨਾਲ ਖਾਤੂਨ ਕੋ ਰੱਖਣਾ ਇਹ ਰੂਟੀਨ ਹੈ। ਅਗਰ ਕੋਈ ਬੀਬੀ ਆਪਣਾ ਘਰ ਛੋੜ ਬੈਤੁੱਲਾ ਤੱਕ ਲੱਗੀ ਆਵੇ, ਇਹ ਰੂਟੀਨ ਨਹੀਂ ਹੈ। ਵਿਲਾਦਤ ਦਾ ਇੰਤਜ਼ਾਰ ਕਰਨਾ, ਘਰ ਤੋਂ ਬਾਹਰ ਨਾ ਨਿਕਲਣਾ, ਇਹ ਰੂਟੀਨ ਹੈ। ਕੋਈ ਆਪਣਾ ਘਰ ਛੋੜ ਦੇਵੇ ਐਨ ਵਿਲਾਦਤ ਦੇ ਵਕਤ, ਆਪਣਾ ਘਰ ਛੋੜ ਅੱਲਾ ਦੇ ਘਰ ਤੱਕ ਆ ਵਜੇ, ਇਹ ਸਮਝ ਤੋਂ ਬਾਹਰ ਹੈ। ਅੱਛਾ, ਜਿਸ ਘਰ ਦੀ ਖਾਤੂਨ ਚਲੀ ਵਜੇ, 3 ਦਿਨਾਂ ਤੱਕ ਵਾਪਸ ਨਾ ਵੱਲੇ, ਤਲਾਸ਼ ਕਰਨਾ, ਪਤਾ ਕਰਨਾ, ਬੋਲਣਾ, ਐਲਾਨ ਕਰਨਾ, ਇਹ ਰੂਟੀਨ ਹੈ। ਸ਼ੌਹਰ ਦਾ ਮੁਤਮੈਨ ਹੋ ਕੇ ਸੁੱਤਾ ਰਹਿਣਾ ਰੂਟੀਨ ਤੋਂ ਹਟ ਕੇ। ਇਹ ਥੋੜ੍ਹਾ ਸਾਥ ਚਾਹੁੰਦਾ ਅੱਜ ਮੈਂ ਤੁਹਾਡਾ, ਅੱਲਾ ਦਾ ਸਲਾਮਤ ਰੱਖਿਆ, ਬਹੁਤ ਇਰਸ਼ਾਦ ਰਹੋ। ਤੁਹਾਡੀਆਂ 3 ਮਜਲਸਾਂ ਐਸੀਆਂ ਹੈ, ਉਹ ਜਿਹੜੀ ਹੇਠ ਛੁੜੀਂਦੀ ਹੈ ਅਤੇ ਦੂਸਰੀ ਸ਼ੁਰੂ ਕਰਨੀ ਪੈ ਜਾਂਦੀ ਹੈ, ਜਿੰਨੀ ਵਜੇ ਥੋੜ੍ਹਾ ਮਸਾਇਲ ਹੈ। ਮਸਲ ਸਵਰ ਕਬ ਤੋਂ ਮਨਕੇਰ ਔਰ ਮਨਕੇਰਾਂ ਤੋਂ ਬਖਰ, ਥੋੜ੍ਹਾ ਫਾਸਲਾ ਦਰਮਿਆਨ ਵਿੱਚ ਬਾਹਰ ਹਾਂ, ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਪੈਗਾਮ ਪਹੁੰਚਾ ਕੇ। ਮੈਂ ਸਿਰਫ ਇਤਨਾ ਦੱਸ ਸਕਦਾ ਰੂਟੀਨ ਕਿਆ ਔਰ ਰੂਟੀਨ ਤੋਂ ਹਟ ਕੇ ਕਿਆ। ਅੱਜ ਤੱਕ ਕੋਈ ਬੰਦਾ ਇਹ ਨਹੀਂ ਦੱਸਾ ਸਕਦਾ, ਕੋਈ ਮੁਸਲਮਾਨ ਕੋਈ ਗੈਰ ਮੁਸਲਿਮ ਆਖਾ ਹੋਵੇ, ਇਹਨਾਂ 3 ਦਿਨਾਂ ਵਿੱਚ ਅਬੂ ਤਾਲਿਬ ਆਪਣਾ ਘਰ ਛੋੜ ਕੇ ਅਸਾਦਿਕ ਨੂੰ ਉਹਦਾ ਪੁੱਛਦਾ, ਹਾਂ ਜੋ ਮੇਰੀ ਘਰ ਵਾਲੀ ਤੁਹਾਡੇ ਘਰ ਦਾ ਨਹੀਂ। ਸਵਾਲ ਇਹ ਆਉਂਦਾ ਹੈ ਕਿ ਅਲੀ ਦੀ ਅੰਮਾ ਤੇ ਕੋਈ ਵਹੀ ਥਈ ਹੈ ਜੋ ਆਪਣਾ ਘਰ ਛੋੜ ਦਿੱਤੇ ਅਤੇ ਕਾਬੇ ਚਲੀ ਗਈ ਹੈ। ਸਵਾਲ ਹੁੰਦਾ ਹੈ ਜਾਂ ਨਹੀਂ ਹੁੰਦਾ? ਜੀ ਹੁੰਦਾ ਹੈ, ਸਵਾਲ ਹੁੰਦਾ ਹੈ ਜੋ ਅਲੀ ਦੀ ਅੰਮਾ ਤੇ ਕਿਹੜੀ ਵਹੀ ਥਈ ਹੈ ਜੋ ਆਪਣਾ ਘਰ ਛੋੜ ਦਿੱਤਾ ਅਤੇ ਕਾਬਾ ਚਲੀ ਗਈ ਹੈ, ਇਹ ਕੋਈ ਵਹੀ ਥਈ ਹੈ? ਖਾਮ ਖਾਦੀਆਂ ਮੈਂ ਗਾਲ ਤੇ ਮੁਫਤ ਦੇ ਫਜ਼ਾਇਲ ਵਹੀ ਤਾਂ ਆਉਂਦੀ ਹੈ ਨਬੀ ਦੇ, ਬਿਲਕੁਲ ਵਹੀ ਦੀਆਂ ਵੀ ਕਿਸਮਾਂ। ਮੈਂ ਉਸ ਬਾਰੇ ਤਾਂ ਹੁਣ ਅਰਜ਼ ਨਾ ਕਰ ਸਕਦਾ, ਮੈਂ ਤਾਲਬ ਇਲਮ ਕਿਆ ਅਰਜ਼ ਕਰ ਸਕਦਾ। ਇਤਨਾ ਜ਼ਰੂਰ ਆਦਾ, ਕੁਰਾਨ ਮਜੀਦ ਵਿੱਚ 3 ਵਾਕਿਆ ਮੌਜੂਦ ਖੜੇ, ਕੁਰਾਨ ਮਜੀਦ ਵਿੱਚ 3 ਵਾਕਿਆ ਮੌਜੂਦ ਖੜੇ, ਇਨਸ਼ਾਅੱਲਾ ਉੱਥੋਂ ਵਜ਼ਾਹਤ ਹੋਵੇ ਸੀ। ਪਹਿਲਾ ਵਾਕਿਆ ਸੂਰਾ ਨਹਲ, ਔਹਾ ਰੱਬੁਕਾ ਇਲਾ ਨਹਲ, ਆਪਕੇ ਰੱਬ ਨੇ ਸ਼ਾਹਿਦ ਕੀ ਮੱਖੀ ਕੋ ਵਹੀ ਕੀ। ਅਸਾਂ ਵਹੀ ਕੀਤੀ ਹੈ ਸ਼ਾਹਿਦ ਦੀ ਮੱਖੀ ਤੇ, ਮੱਖੀ ਵਾਲੇ ਗੁਣ ਤੇ, ਕਿਆ ਕਰ ਉੱਚੀਆਂ ਜਹੀ ਤੇ। ਇੱਥੋਂ ਉੱਠਣ ਦੇ ਬਾਅਦ ਕੁਰਾਨ ਮਜੀਦ ਖੋਲ੍ਹ ਕੇ ਸੂਰਾ ਨਹਲ ਪੜ੍ਹ ਗਿਆ ਹੈ, ਤਰਜਮੇ ਨਾਲ ਪੜ੍ਹ ਗਿਆ ਹੈ, ਸਾਰਾ ਵਾਕਿਆ ਸਮਝ ਆਵੇ ਸੀ। ਤਫਸੀਰ ਅਨਵਾਰ ਨਜਫ ਅਗਰ ਰੱਖੀ ਹੋਵੇ ਉਹ ਖੋਲ੍ਹ ਕੇ ਨਾ, ਇਨਸ਼ਾਅੱਲਾ ਪੂਰਾ ਤਰਜਮਾ ਸਮਝ ਆਵੇ ਸੀ। ਜੀ ਅਸਾਂ ਵਹੀ ਕੀਤੀ ਸ਼ਹਿਦ ਦੀ ਮੱਖੀ ਤੇ, ਉੱਚਿਆਂ ਦੇ ਘਰ ਜਾਹੇ ਤੇ ਘਰ ਬੜਾ, ਆਪਣੇ ਅੰਦਰ ਰਸ ਜਮ੍ਹਾਂ ਕਰ, ਅੱਛੇ ਫੱਲੇ ਤੋਂ ਰਸ ਜਮ੍ਹਾਂ ਕਰ, ਫਿਰ ਇਸ ਨੂੰ ਖਾਰਿਜ ਕਰ, ਸ਼ਿਫਾਉ ਲਿਨਾਸ, ਮੈਂ ਅੱਲਾ ਨੇ ਤੇਰੇ ਇਸ ਰਸ ਵਿੱਚ 70 ਬਿਮਾਰੀ ਦਾ ਇਲਾਜ ਰੱਖਿਆ। ਇਹਨਾਂ ਗੁਣਾਂ ਵਿੱਚੋਂ ਇਹਨਾਂ ਦਾ ਇੱਕ ਸਰਦਾਰ ਹੈ, ਜੇ ਕੋਈ ਜਾੜਾ ਮਰਹੂਮ ਨੇ ਉਸਦਾ ਨਾਮ ਲਿਖਾ ਹੈ ਯਾਸੂਫ, ਯਾਸੂਫ ਜਾੜਾ ਸਾਹਿਬ ਨੇ ਲਿਖਾ ਹੈ, ਉਹ ਸਰਦਾਰ ਹੈ। ਇਹ ਰਸ ਇਕੱਠੀ ਕਰਨ ਨਹੀਂ ਵਹਿੰਦਾ, ਇਹ ਉੱਚੇ ਜੇ ਟੀਲੇ ਤੇ ਉੱਚੀ ਜਾ ਤੇ ਬੈਠਾ ਰਹਿੰਦੇ, ਬਾਕੀ ਲਸ਼ਕਰ ਰਸ ਇਕੱਠਾ ਕਰਨ ਵਹਿੰਦੇ। ਜਦਾਂ ਉਹ ਲਸ਼ਕਰ ਵੱਲਦੇ ਪਹਿਲੇ ਸਰਦਾਰ ਨੂੰ ਮਿਲਦੇ, ਅਗਰ ਤਾਹਿਰ ਜਾਤ ਉੱਠੀ ਤੇ ਆਉਂਦਾ ਪਏ ਤਾਂ ਸਰਦਾਰ ਅੱਗੂ ਤੇ ਇਜਾਜ਼ਤ ਦੇ ਦਿੰਦੇ, ਅਗਰ ਗੰਦੀ ਜਾਤ ਉੱਠੀ ਤੇ ਆਉਂਦੇ ਇਹ ਅਗਲੀ ਗੱਲ ਨਹੀਂ ਕਰਦਾ, ਉੱਥੇ ਮਾਰ ਛੁੜੇ। ਮਸਜਿਦ ਨਬੀ ਆਈ, ਰਸੂਲ ਫਰਮਾਇਆ ਯਾ ਅਲੀ ਅੰਤਾ ਯਾਸੂਬਦੀਨ, ਅਲੀ ਤੂੰ ਮੈਂ ਮੁਹੰਮਦ ਦਾ ਦੀਨ ਦਾ ਯਾਸੂਬ ਹੈ, ਮੈਂ ਇਤਨਾ ਜ਼ਰੂਰ ਆਦਾ ਰਹਿਣਾ ਪੈਗੰਬਰ ਦੇ ਐਲਾਨ ਰਿਸਾਲਤ ਤੂੰ ਗਿਣ ਕੇ ਪੈਗੰਬਰ ਦੀ ਵਫਾਤ ਤੱਕ ਰਸੂਲ ਦੇ ਦਰਮਿਆਨ ਵਿੱਚ ਜਿੰਨਾ ਦੁਸ਼ਮਣ ਹੈ ਸਾਰੇ ਤੋਂ
آنکھیں کہ ہم نے وہی کی شہد کی مکھی کو. دوسرا واقعہ قرآن مجید اچ کھڑے اسا وہی کی تھی مادر موسیٰ کو صندوق بڑھوا بچہ سما دریا دے حوالے کر ایہو تیرا پوت تیری جھولی اچ نہ پلے تو میں موسیٰ دا رب بھی نہیں. تیسرا واقعہ قرآن مجید اچ کھڑے ہم نے وہی کی مادر عیسیٰ کو کیا جتھا آئی کھڑی ہے عبادت دی جائے ولادت دی جا نہیں خزانے پاس چلی جا تیرے بیٹے دی ولادت ہوئے سے اے دسمبر میں اللہ انہیں کھجے دے ہوتے بے موسم پھل لا دینا کھجوراں لگوے سے دسمبر اچ جون جلالی پنڈ لا دینا تو اٹھی کے اے کھجا ہلاوی جا پنڈ گر پوسے تو کھا گنی ہے تیری ہرا ہے پالنے والا دسمبر اچ جون جلالی پنڈ لئی گئی تے مریم کیوں پہ اٹھ دیئے ہوا بھیج دے کر پوے میٹھے ہوئے کھا گھنے آواز توحید آن دیئے حرکت کرنا تیرا کام میں رزق دے منا میرا کام میں بہت شکریہ. ظاہر ہے آپ پڑھے لکھے حضرات ہو میں ہمیشہ اپنا سبق سناؤں کی کوشش کریں نا یقین اتار چڑھاؤ ہونے کوشش کر رہے ہیں کہ پورا پیغام پہنچے. میں ادھر آنا میرے بھائی جڑے رنگ اللہ نے شاہد کی مکھی نال گل کی تھی جس رنگ اللہ نے مادر موسیٰ نال گل کی تھی مادر عیسیٰ نال گل کی تھی ہے اس تو اچھے انداز اللہ نے مادر علی نال گل کی تھی. بہرحال بی بی چلیے کعبہ دے قریب آئیے جڑے حج بیت اللہ کر آئے ہو بی بی دروازے تے نہیں آئی علماء کرام موجود ہیں دروازے تے نہیں آئی دروازے دی مخالف سمت آن کھڑی ہے. بی بی تساں دروازے تے ہوا جڑا اللہ اتنا لمبی دیوار تیری خاطر توڑ سکدے ہیں وہ اللہ تیری خاطر تالا تا توڑ سکدا تو دروازے تے نہیں آئی مخالف سمت چلی گئی ہیں ایک گل اساں بکھر علی کو سمجھ نہیں آتی ذرا تو بی بی سمجھا آواز آ سے سمجھنا چاہیے تالا ٹوٹ وجے آ میں بھی اندر چلی وجہ ہاں آوڑ والا مسلمان آخیا گھر چابیا چاہیے تالا کھولا اس دے اندر چلی گئی ہے دیوار دے قریب آ کھڑی ہے تے بی بی ایک گل کی تھی وہ گل بڑی عجیب ہے بی بی آدھی کھڑی ہے تیرے اتے ایمان رکھے دیا تیرے اتے ایمان رکھے دیا انی مومنۃ بیقا تیرے اتے ایمان رکھے دیا. بی بی اتا عجیب گل تھی گئی ہے اجا علی دنیا تے نہیں آیا علی دسویں سال چو سے رسول اعلان کرے سے لوگ کلمہ پڑھ سے بڑھ سے مسلمان سدی سے مومن علی آیا نہیں رسول اعلان کیتا نہیں ہوں گال کو ڈا سال دے رہے تو ڈا سال پہلے کھڑیا دی میں مومنا اجانو اسلام نہیں آیا لوگیں کلمہ نہیں پڑھیا تو ڈا سال پہلے کھڑیا دی میں مومنا جواب مل سے جنہیں کلمہ پڑھتے مسلمان بڑھنے او ہو رہے جنہیں کو اللہ مسلمان آکھے او ہو رہے اگلی گل کرنا چاہوں بی بی چلو تو سب مومنا آ دے کھڑو جو میں مومنا ایندا تو آپ کو کیا فائدہ تھی انہیں ہر کام دا کوئی فائدہ ہوندا یا نہیں ہوندا اس دا تو آپ کو فائدہ کیا ہونا ہے اس دا بھی ہی کو جواب مل سے اے جڑے بیٹھے نا سینے کعبہ اچ کافر انہاں کو کھڑی سنیں دیاں
ਕਿਸੇ ਮੋਮਨਾਂ ਦਾ ਨਿਕਾਹ ਕਾਫਿਰ ਨਾਲ ਨਹੀਂ ਥੀਂਦਾ, ਸਿਰਫ ਆਪਣਾ ਈਮਾਨ ਨਹੀਂ ਖੜੀ ਦੱਸੇ, ਨਾਲ ਨਾਲ ਆਪਣੇ ਸ਼ੌਹਰ ਦਾ ਦਿਫਾ ਵੀ ਕਰੇਗੀ ਖੜੀ ਆ, ਅਸਾਂ ਵੀ ਖੜੀ ਆਈ ਦੁਆ ਚ ਮੰਗੀ ਇਸ ਦੀਵਾਰੇ ਕਾਬਾ ਫਟਣ ਲੱਗ ਗਈ। ਦੇਖੋ ਮੱਕਾ ਦੇ ਸ਼ਰਫਾ ਸੀਲਾਬ ਆਉਂਦੇ ਦੀਵਾਰਾਂ ਫਟਦੀਆਂ, ਜ਼ਲਜ਼ਲੇ ਆਵੇ ਦੀਵਾਰਾਂ ਫਟਦੀਆਂ, ਬਾਰਿਸ਼ਾਂ ਜ਼ਿਆਦਾ ਹੋ ਵਜੇ ਦੀਵਾਰਾਂ ਫਟ ਵੇਂਦੀਆਂ, ਸੇਮ ਜ਼ਿਆਦਾ ਥੀ ਵਜੇ ਦੀਵਾਰਾਂ ਫਟ ਵੇਂਦੀਆਂ। ਤਵੱਜੋ ਤਾਂ ਨਹੀਂ ਨਾ ਬਾਬਾ ਜੀ, ਜ਼ਲਜ਼ਲੇ ਆਵੇ ਦੀਵਾਰਾਂ ਫਟ ਵੇਂਦੀਆਂ। ਪਿਛਲੀ ਗੱਲ ਯਾਦ ਰਹੇ, ਕਿਆ ਰੂਟੀਨ ਔਰ ਕਿਆ ਰੂਟੀਨ ਤੋਂ ਹਟ ਗਏ ਹੈ, ਦੀਵਾਰਾਂ ਫਟ ਵੇਂਦੀਆਂ। ਮੱਕਾ ਦਾ ਸ਼ਰੀਫਾ ਦੀਵਾਰ ਦਾ ਫਟਣਾ ਰੂਟੀਨ ਚ ਹੈ, ਸ਼ੀਆ ਸੁਨੀਆ ਫਟ ਕੇ ਮਿਲ ਵਜਣਾ ਰੂਟੀਨ ਤੋਂ ਹਟ ਕੇ। ਦੀਵਾਰ ਦਾ ਫਟਣਾ ਸਮੇਂ ਚ ਹੈ, ਫਟ ਕੇ ਖੁਦ ਮਿਲ ਵਜਣਾ, ਇਹ ਸਮਝ ਤੋਂ ਬਾਹਰ ਹੈ, ਇਹ ਰੂਟੀਨ ਤੋਂ ਹਟ ਗਏ ਹੈ। ਅੱਛਾ ਬੀਬੀ ਦੀਵਾਰ ਫਟਦੀ ਪਈ ਹੈ, ਵੱਡੇ ਵੱਡੇ ਬੰਦੇ ਪਰੇਸ਼ਾਨ ਹੋ ਗਏ ਨੇ, ਤੂੰ ਡਰੀ ਨਹੀਂ, ਪਿੱਛਾ ਹਟੀ ਨਹੀਂ, ਮੁੜੀ ਨਹੀਂ, ਖੌਫ ਸਦਾ ਨਹੀਂ ਥਈ, ਦੀਵਾਰ ਫਟਦੀ ਰਹੀ ਹੈ, ਅਗਾਂਹ ਚਲੀ ਗਈ, ਪਿੱਛਾ ਕਿਉਂ ਨਹੀਂ ਆਈ, ਸਾਡਾ ਤਾਂ ਸਵਾਲ ਵੱਧਦਾ ਆਈ, ਮਰਦ ਘਬਰਾਵੇ ਨੇ, ਤੂੰ ਕਿਉਂ ਨਹੀਂ ਹੱਟੀ ਪਿੱਛਾ, ਇਹ ਜਿਹੜੀ ਵੱਡੀ ਦੀਵਾਰ ਜੋ ਫਟਦੀ ਪਈ ਆਈ। ਬੀਬੀ ਆ ਜੇ ਮੈਂ ਬੁੱਢਾ ਸਾਹ ਜਾ, ਮੈਂ ਭਜਣ ਵਾਲੇ ਦੀ ਮਾਂ ਨਹੀਂ, ਮੈਂ ਹੈਦਰ ਹੈ ਖਬਰਾਂ ਦੀ ਮਾਂ। ਬਹੁਤ ਸ਼ੁਕਰੀਆ ਜੀ, ਸਲਾਮਤ ਰਹੋ। ਬੀਬੀ ਅੰਦਰ ਚਲੀ ਗਈ, ਇਹ ਜਿਹੜੇ ਬੈਠੇ ਨਾ ਸੇਨੇ ਕਾਬਾ ਚ, ਉਹਨਾਂ ਆਖਿਆ ਅਜੀਬ ਗੱਲ ਹੈ, ਇੱਥੇ ਗੱਲ ਕਰਨ ਦੀ ਖੜੀ ਹੈ, ਖਾਤੂਨ ਆਈ ਹੈ, ਅੰਦਰ ਚਲੀ ਗਈ ਹੈ, ਦੀਵਾਰ ਮਿਲ ਗਈ ਹੈ, ਉੱਠੋ, ਤਾਲਾ ਤੋੜੋ, ਇੱਕ ਬੈਰ ਕੱਢੋ, ਬੰਦ ਕਬਰ ਆਏ ਜੀ। ਇਹ ਉੱਠਦੇ ਤਰਾਏ ਦਿਨਾਂ ਤੱਕ, ਗੁਰਬਾਈ ਖਿਰਾਮ ਨੇ ਕਿਹਾ ਤਰਾਏ ਦਿਨਾਂ ਤੱਕ ਰਸ਼ ਵੀ ਵੱਧਦਾ ਗਏ, ਇਹ ਪੱਥਰ ਚਾਹੀ ਖੜੇ ਹੈ, ਤਾਲਾ ਤੁੜੇ ਦੇ ਖੜੇ ਹੈ, ਤੇ ਤਾਲਾ ਨਾ ਹੀ ਤੁੜਦਾ। ਮੈਂ ਅਗਰ ਆਨਾ ਪੱਥਰ ਦਾ ਮਾਰਨਾ, ਚਾਹੇ ਜੋ ਗੁੰਮ ਹੋ ਵਜੇ ਨਾ, ਪੱਥਰ ਦਾ ਮਾਰਨਾ, ਤਾਲੇ ਦਾ ਤੁੱਟ ਵੱਜਣਾ, ਇਹ ਸਮੇਂ ਵਿੱਚ ਹੈ, ਔਰ ਇਹ ਰੂਟੀਨ ਵੀ ਹੈ, ਇਹਨਾਂ ਦਾ ਕੋਸ਼ਿਸ਼ ਕਰਨਾ ਔਰ ਤਾਲੇ ਦਾ ਨਾ ਤੁੱਟਣਾ, ਇਹ ਰੂਟੀਨ ਤੋਂ ਵੈਸੇ ਤੁਹਾਡੇ ਪਾਸੇ ਨਹੀਂ ਹੈ, ਸਾਰੇ ਇਲਾਕੇ 'ਚ ਅਗਰ ਘਰ ਦੇ ਬੰਦੇ ਨਾ ਹੋਣ ਤਾਂ ਬੰਦੇ ਹੱਥ ਨਾਲ ਹੀ ਤਰੋੜ ਗਿੰਦੇ। ਮਹਾਰਾਜ ਅੱਲਾਹ ਤੁਹਾਨੂੰ ਸਲਾਮਤ ਰੱਖੇ ਜੀ। ਇਹ ਰੂਟੀਨ ਤੋਂ ਅੱਛਾ ਲਾਮਾ ਤਰਨ ਕਾਦਰੀ ਸਾਹਿਬ ਕਿਬਲਾ ਉਹ ਫਰਮਾਉਂਦੇ ਪਏ ਹਨ, ਇੱਕ ਆਪਣੀ ਤਕਰੀਰ ਵਿੱਚ ਉਹਨੇ ਫਰਮਾਇਆ, ਸਾਰੀ ਜ਼ਿੰਦਗੀ ਕਾਦਰੀ ਸੁਚੇਂਦਾ ਰਹੀ ਆ, ਆਖਿਰ ਅਲੀ ਕਾਬਾ 'ਚ ਆਇਆ ਕਿਉਂ ਹੈ। ਪਹਿਲੀ ਗੱਲ ਤਾਂ ਉਹਨੇ ਫਰਮਾਈ, ਇਹ ਜਿਹੜਾ ਕਾਬਾ ਹੈ ਇਹ ਪੂਰੀ ਦੁਨੀਆ ਦਾ ਸੈਂਟਰ ਹੈ, ਔਰ ਅਲੀ ਉਸ ਕਾਬਾ ਦੇ ਐਨ ਸੈਂਟਰ ਹੈ, ਜੇ ਕੋਈ ਜੋ ਫਿਰ ਕਾਬਾ ਆ ਦੇ ਅਗਰ ਹੀ ਕੋਠੇ ਨੂੰ ਵੀ ਅੰਦਰੋਂ ਨਾ ਪਹੁੰਚਾ ਚਾਰੋਂ ਤਰਫੋਂ, ਤਾਂ ਅਲੀ ਐਨ ਸੈਂਟਰ ਚ ਹੈ। ਤੈਰਨ ਕਾਦੀ ਸੇ ਫਰਮੇਂਦੇ ਜਿਹੜਾ ਤੁਸਾਂ ਤਵਾਫ ਤੇ ਵਹੀਓ ਨਾ, ਤੁਹਾਡੀ ਨਿਗਾਹ ਦੀਵਾਰੇ ਤੇ ਹੋਵੇ ਤੇ ਤੁਹਾਡੇ ਜ਼ਿਹਨ ਚ ਕਾਬਾ ਦਾ ਸੈਂਟਰ ਹੋਵੇ, ਫਿਰ ਫਰਮਾਉਣ ਲੱਗੇ ਕਿਉਂ, ਇਸ ਵਾਸਤੇ ਤੁਹਾਡੀ ਨਿਗਾਹ ਦੀਵਾਰ ਤੇ, ਜ਼ਿਹਨ ਚ ਕਾਬਾ ਦਾ ਸੈਂਟਰ, ਆਦਨ ਚਾਹੇ ਜ਼ਿਹਨ ਚ ਅਲੀ ਹੋਵੇ ਉਹ ਜ਼ਿਹਨ ਬੁਰੇ ਕਰ ਨਹੀਂ ਸਕਦਾ, ਜੇ ਜ਼ਿਹਨ ਚ ਅਲੀ ਹੋਵੇ ਵੈਸੇ ਡਿੱਠਾ ਉਸ ਵੇ ਢੇਰ ਸਾਰੇ ਲੋਕ ਵੇ ਨੇ, ਕਾਬਾ ਨਾਲ ਮੁਹੱਬਤ ਹੈ ਲੇਕਿਨ ਸਿਰਫ ਚੱਕਰ ਦੀ ਹੱਦ ਤੱਕ, ਜਿਵੇਂ ਇਮਾਮ ਸਾਦਿਕ ਨੇ ਫਰਮਾਇਆ, ਇਮਾਮ ਨੇ ਫਰਮਾਇਆ ਇਹਨਾਂ ਵਿੱਚ ਹਾਜੀ ਕੰਮ ਹਨ, ਜਾਨਵਰ ਜ਼ਿਆਦਾ ਹਨ। ਬਹਰਲ ਮੈਂ ਜ਼ਿਆਦਾ ਨਾ ਆਖ ਸਕਦਾ, ਮੈਂ ਵੀ ਰੂਟੀਨ ਤੋਂ ਹਟ ਕੇ ਇੱਕ ਜੁਮਲਾ ਆਖਣਾ ਚਾਹੁੰਦਾ, ਪਤਾ ਨਹੀਂ ਤੁਸੀਂ ਕਿਸ ਅੰਦਾਜ਼ ਖਿੰਸੋ,
دل میں بغض علی اور طواف ہے طواف، دل میں بغض علی اور طواف پہ طواف. اب خود چکر میں ہے، پتہ نہیں یہ لوگ کس چکر میں ہیں. ولادت ہونا، علاقے دے دائیاں دا آمنا، اے روٹین دا کام ہے. آسیہ، مریم، حوا دا آمنا روٹین تو ہٹ گئے. بچے دی ولادت ہونا، کھانے دا انتظام کرنا گھر والے دی ذمہ داری، ایویں ہے یا نہیں ہے؟ اللہ دی طرف کھانے دا آمنا روٹین تو ہٹ گئے. اے علی دی اما جڑی تراڑی دسترخوان توحید دے مہمان رہی، پھر ولادت ہون دے بعد اکھاں کھولنیا روٹین، دودھ پیونا روٹین، رونا روٹین. اکھی نہ کھولے، دودھ نہ پیوے، رووے نہیں، اے روٹین نہیں. میں کہ مضمون تو سنائے، میں بدل کے انداز تبدیل کر کے پیغام پہنچانے لگا. ترے دن گزر گئے، چوتھی دیوار ہی رسول ٹر پائے. جب پیغمبر تعالیٰ کھل گیا، وہ ترے دیاں تک جے کو کافر کٹے دے رہ گئے، تالے کو تعالیٰ کھل گیا. نبی اندر آیا، رسول نے امام کچھ آیا، معصوم نے معصوم کچھ آیا، سردار نے غلام کچھ آیا، قرآن نے قرآن کچھ آیا، قرآن ریل پہ آیا، آنکھ کھل گئی. نبی مسکرا پہ، علی مسکرا پہ. رسول پوچھے علی، اما تیری دسیں دی جو ترے دن تک اکھاں بند رکھے، اس دی کوئی خاص وجہ؟ جی ہاں، خاص وجہ ہے، اہن بت میں چاہتا ہوں سب تو پہلے زیارت تہاڈے چہرے دی کراں. نبی فرمایا، علی تے اپنی نگاہ کو میرے چہرے واسطے خاص کیتے، میں محمد نے اپنے علم واسطے تے علی کو چن لیا. اچھا، رونا کیوں نہیں؟ بند کمرہ، تنہائی دا عالم، ایک اما، ایک میں، میرے رون نال اما پریشان تھی ویا، میں اپنی اما کو پریشان نہیں کرنا چاہتا. ٹھیک ہو گیا، اتنا کافی ہے، پریشان نہیں کرنا چاہتا. اچھا یا علی، غذا دی ضرورت ہے؟ جی یا رسول اللہ، بھوک لگی ہے. آ، میں محمد دی زبان چوز، میں آدر آنا. میرے بھائی جڑے بت خانے چاہے وہ ہو رہے ہیں، جڑا بیت اللہ چاہے وہ ہو رہے. عرب اسلام تو پہلے شراب کی گھٹی بھی لگ دی ہے، جنہیں کو شراب کی گھٹی لگی وہ ہو رہے ہیں. جی، جنہیں رسول دی زبان چوسی وہ ہو رہے. کئی مندے حضرت ابو ہریرہ تو پوچھا رضی اللہ تعالیٰ عنہ کروں کہ 9 ہجری اچ اس واقعے کو الفاروق شبلی نما نے لکھے. 9 ہجری اچ تو کلمہ پہ پڑھ دی، 11 ہجری اچ رسول پہ ٹر دیں، تے حدیثاں لکھے نہیں 10,000 دے قریب. 9 ہجری اچ کلمہ، 11 اچ رسول پہ ٹر دیں، حدیثاں 10,000 دے قریب. سلوات پڑھو نا بابا دے بلا. جی، توجہ ہے نا بابا. اہل معرفت 9 ہجری اچ کلمہ، 11 اچ رسول چلے گئے، حدیثاں 10,000 دے قریب. جڑے رہن رسول دے نال 23 سال، انہاں کروں تو 150 حدیث ہی کوئی نہیں. اتنا بڑا عالم ہے. دیکھو صاحب کرام، کوئی 5 سال، کوئی 7 سال، کوئی 10 سال، کوئی 12 سال نبی نال رہی ہے. میں دساوا میرا علی نبی نال کتنا عرصہ رہی ہے. ہمیشہ آدھا رہنا، علی دی اکھ کھلی ہے،
رسول دے ہاتھاں نال رسول دی اکھ بند تھئی ہے علی دی جھولی ہے اس تو زیادہ تو کوئی قریب نہیں رہا چلو بارہ دس ہزار دے قریب شہید ہوتے اور دس تو تلے اتنا حدیثاں تے جڑے 23 سال دی انہوں نے کوئی 150 کہہ دی سچے لوگ ہیں آنکھاں لگے اس وچ میرا کمال نہیں کہتا کمال ہے آنکھاں لگا ایک دی پیغمبر نے دودھ پیتا ایک پیالے چ میں ڈیڑا کھڑا ہوں رسول نے پیالہ رکھے ہوں دے چ میں پانی پیتے ان پیالے کو رسول دے ہونٹ لگے ہوئے ہیں میں پانی پیتا گیا تے علم ودھدا گے میں دا شبلی برداشت سننا کر جے پیالے چ پانی پیتے اتنا بڑا آلے میں جے رسول دی زبان چوسی ہے او کتنا بڑا آلے بہرحال رسول چاہ کے ٹر پائے سجے ابو طالب کھڑے ہیں خبے فاطمہ ملتے اثر کھڑے درمیان چ رسول کھڑے ہیں علی کچھ ہی کھڑے ہیں ٹھیک ہو گیا ویسے روٹین ہے پہلے شن میں آخا اسے اکثر ہمیشہ ہی میں ہوتا ہے بال سونے تو نانجے دن وہ جد لال کے یہ رواج ہے ہر بندہ تعریف کر دیا اپنے بال دیا کہ اللہ سارے کی حیات کی دراز رکھے ٹھیک ہو گیا جنہیں کو نہیں ہے جنہیں اللہ نے مولا نے مریض عطا کرے جو مریض ہیں اللہ نے کو صحت دے وے بس حضرت ابو طالب آدم یہ میرا چھوٹا پوتر ہے یہ نام میں رکھے سا بی بی علی میرا چھوٹا پوتر ہے نام میں ابے والا رکھے سا درمیان پیغمبر سن دے کھڑے ہیں ابو طالب آدم میں دادے والا نام رکھے نا بی بی آدی میں ابے والا نام رکھے دیا فتح والا بھی جبرائیل اتنا تک جبرائیل آ گیا میرا حبیب اے میرا آپ دے خاص ہے میں خالق ہے میری مخلوق کے خاص ہے بس میں آلہ ہاں اس دا نام علی ہے بہت شکریہ بہرحال رسول چاہ کے دورے ایک دو واقعے بیان کیتے ہوئے ہیں ایک واقعہ بیان کرے ہیں کہ کچھ لوگ ابو والا انہیں کہ اسی میں تو نہ چاہتے ہوئے سو اسا تو بال کو پرکھنا چاہ دو پیغمبر فرمایا کوئی حرج نہیں ہے بہرحال لے رکھا رسول نے ایک چاٹی کے کچھ آتے ہیں رکھا آج دہا یا علی انہیں ٹکڑے کیتے یا پنگوڑے ٹکڑے کیتے ٹھیک یہ رومن لگ پہ اسادہ تم میار الولد ختم تھی گئے بالیں کو پر کھانا دا ترازو ختم تھی گئے آج دنوں بعد بالیں کو دی پہچان کی میں کرے سو رسول فرمایا اے توڑا عارضی میار ہا میں محمد تو بھٹینی میار پہ دینا میار الولد بالیں کو پر کھانا دا دینی میار پہ دینا جنہیں دی پہچان کرنی ہوئے میرے بھیڑا ہی دا تذکرہ کرا ہے اور زیشان ایدار جوادی نے محافل مجالے سے جے گھوڑ گل لکھی جوادی صاحب فرمینے ہیں کہ آپ نے بالے کو چاہتے رستے میں ون کھڑا ہے جتو میرا بھیڑا علی پیا گزردہ ہوئے بس علی کے بارے آپ نے بالے کو پوچھا ہے اگر مسکرا ہوئے نہ خوش ہو ہوئے تو سمجھا ہے حلالی ودے پلے دو نہ تو سمجھا ہے حرامی ودے پلے دو علی مولا گھر تشریف فرمائے سیدہ زہرا نے ایک گزارش کی تھی یا علی میرا وقت آخر علی میرے بعد شادی کریں کلابیہ خاندان چ کریں میری ہم نام نال کریں میرے گھر چاند دیے میرے بچوں کا احترام کریں دیے اللہ اسے جو بیٹا دے سی چولے اس نے سی کے رکھی میں دیا نہ عباس رکھی علی رو پائے بطور تیرے بعد تے شادی بہرحال ہو گئی میں ہی میں آدھا رانا اے دی کوئی عزت علی مستور ہائی اس مسنر کے نہ بیٹھے جتا بطور باندھی ہے
ਬੇਟਾ ਲਿੱਤਾ, ਨਾਮ ਰੱਖਾ ਅੱਬਾਸ। ਭੈਣੀ ਨੇ ਚੋਲੇ ਪਵਾਏ, ਸਲਾਮ ਦਿੱਤੇ, ਤੁਰਨ ਦੇ ਕਾਬਿਲ ਹੋਇਆ। ਵੇਹੜੇ ਚ ਤੁਰਨਾ ਅਲੀ ਭੈਣੀ ਤੇ ਬਿਨਾਵੇ ਕੋ ਟੁਰਦਾ ਦੇਖ ਕੇ ਅਲੀ ਰੋਂਦਾ ਤੇ ਅਲੀ ਪੁੱਛਦਾ ਹਾਂ ਆਲਿਆ ਧੀ ਤੁਰਨਾ ਸਿੱਖੀ ਦੀ ਵਧੀ ਆਖੋ ਸਸਨਾ ਬਾਬਾ ਇਹਦੇ ਸਹਾਰੇ ਮੈਂ ਟੁਰਨਾ ਸਿੱਖਦੀ ਵਧੀ ਹੈ। ਇੱਜ਼ਤ ਵਾਲੇ ਲੋਕੋ ਮਸਜਿਦ ਕੂਫਾ ਹੈ, ਅਲੀ ਬੈਠੇ ਹਨ, ਮੌਲਾ ਹੁਸੈਨ ਬੈਠੇ ਹਨ। ਮੌਲਾ ਹੁਸੈਨ ਮੰਗੇ ਬਾਬਾ ਪਾਣੀ, ਜਨਾਬੇ ਅੱਬਾਸ ਦੌੜ ਪਏ ਘਰ ਚ ਕਹਿਣ ਤੇ ਮਾਂ ਕਹਿੰਦੇ ਅੰਮਾ ਪਾਣੀ, ਅੰਮਾ ਪਾਣੀ। ਅੱਬਾਸ ਖੈਰ ਤਹੇ, ਅੰਮਾ ਮੇਰੇ ਸਰਦਾਰ ਹੁਸੈਨ ਮੰਗੇ ਪਾਣੀ, ਮੈਂ ਚਾਹੁੰਦਾ ਸਭ ਤੋਂ ਪਹਿਲੇ ਮੈਂ ਪਾਣੀ ਪਿਲਾਵਾਂ। ਪਾਣੀ ਗਿਣ ਕੇ ਆਏ, ਅੱਬਾਸ ਦੇ ਬਾਜ ਉਤਾਰ ਹੈ ਹੁਸੈਨ, ਮੌਲਾ ਪਾਣੀ ਪੀਂਦਾ। ਸ਼ਰਫਾ ਦਾ ਮਜਮਾ ਅਲੀ ਰੋਪ ਹੁਸੈਨ ਅਦਨ ਬਾਬਾ ਮੈਂ ਮੰਗੇ ਪਾਣੀ, ਅੱਬਾਸ ਦਿੱਤਾ ਹੈ, ਤੁਸੀਂ ਰੋਂਦੇ ਕਿਉਂ ਹੋ? ਫਰਮਾਇਆ ਅੱਜ ਤੈਂ ਮੰਗਿਆ ਹੈ ਇੱਕ ਐਸਾ ਮੌਕਾ ਸੇ, ਤੂੰ ਵੀ ਦੱਸਾ ਹੋਸੇ, ਤੇਰੇ ਬਾਲ ਹੀ ਦੱਸੇ ਹੋਸੇ। ਅੱਬਾਸ ਪਾਣੀ ਨਾ ਦੇ ਸਕਸੇ, ਜੰਗ ਸਿਫੀ ਨਹੀਂ। ਅੱਬਾਸ ਲੜਦਾ ਵਾਦਾ ਹਾ, ਹੁਸੈਨ ਰੋਂਦਾ ਖੜਾ ਹਾ, ਆਦਾ ਖੜਾ ਹਾ, ਬਾਬੇ ਦੀ ਹਕੂਮਤ ਆਈ ਤੇ ਲੜ ਗਏ। ਬਸ ਜਿਹੜਾ ਤਿਆਰ ਹੋਇਆ ਨਾ ਮੌਲਾ ਹੁਸੈਨ, ਮਹਮਦਾਂ ਤੇ ਪਰਦਾਦਾਰ ਸਵਾਰ ਹੈ, ਪਿੱਛੋਂ ਹੱਕਾ ਲਈਏ ਰਾਜ਼ੀ ਇੱਕ ਦਫ਼ਾ ਵਾਪਸ ਵਾਲਾ। ਅੱਬਾਸ ਪਿੱਛਾ ਮੁੜਿਆ ਤਾਂ ਕਿਆ ਦਿੱਠਾ ਹੈ, ਮਾਂ ਸੋਟੀਆਂ ਦੇ ਸਹਾਰੇ ਤੇ ਵਧੀ ਜੁੜਦੀ ਹੈ। ਅੱਬਾਸ ਮੇਰੇ ਨਾਲ ਰੋਜ਼ ਰਸੂਲ ਤੇ ਜੁੜ, ਇੱਜ਼ਤ ਵਾਲੇ ਲੋਕੋ ਰੋਜ਼ ਰਸੂਲ ਤੇ ਘਿਰਨਾ ਹੀ। ਆਦੀ ਅੱਬਾਸ ਮਾਂ ਨਾਲੇ ਵਾਅਦਾ ਕਰ, ਹੱਥ ਕਬਰ ਤੇ ਰੱਖ ਕੇ ਵਾਅਦਾ ਕਰ, ਤੇਰੀ ਜ਼ਿੰਦਗੀ ਵਿੱਚ ਅਲੀ ਦੀ ਧੀ ਦੀ ਕੋਈ ਚਾਦਰ ਲੁਟੇ ਸੇ ਨਹੀਂ। ਭਲਾ ਹੋਵੇ, ਭਲਾ ਹੋਵੇ, ਹਕੀਕਤ ਅਗਰੀਏ ਇਤਨਾ ਹੁੰਦਾ ਹੈ, ਅੱਲਾ ਮੇਰੀ ਇਬਾਦਤ ਕਬੂਲ ਕਰੇ। ਬਸ ਆ ਗਈ ਆ ਘਰ ਵਾਲਾ, ਜਿਹੜੀ ਰਾਤ ਗੁਜ਼ਰੀ ਹੈ ਨਾ ਇਹ ਬਹੁ ਔਖੀ ਰਾਤ, ਇਸ ਰਾਤ ਤੋਂ ਪਾਣੀ ਬੰਦ ਹੋਇਆ। ਤੁਸਾਂ ਘਰਾਂ ਚ ਮੰਜ ਪੀਸੋ, ਤੁਹਾਡੇ ਬੱਚੇ ਪੀਸੇ ਜੀ, ਜਿਹਨਾਂ ਤੋਂ ਦੀਨ ਬਚਾ ਦਿੱਤਾ ਉਹਨਾਂ ਦੇ ਬਾਲ ਰਾਤ ਤੋਂ ਦੱਸੇ। ਚੜ ਪਿਆ ਦਸ ਮੁਹਰਮ ਦਾ ਦਿਨ, ਕਈ ਦਫ਼ਾ ਜਨਾਬੇ ਅੱਬਾਸ ਆਏ, ਦਸ ਦੀ ਰਾਤ ਵੀ ਜਨਾਬੇ ਅੱਬਾਸ ਆਦੇ ਖੜੇ ਹੈ। ਅਕਬਰ ਕੱਲ ਮੈਂ ਮੰਜਣਾ, ਅਕਬਰ ਆਖਿਆ ਨਹੀਂ ਚਾਚਾ ਤੁਹਾਡੇ ਲਹਾਣ ਨਾਲ ਮੇਰੇ ਬਾਬੇ ਦੀ ਕਮਰ ਟੁੱਟ ਵੱਜਣੀ, ਮੈਂ ਵੈਸਾ ਨਾ ਅਕਬਰ ਤੇਰੇ ਲਹਾਣ ਨਾਲ ਨੀਂਦ ਮੁੱਕ ਵੱਜਣੀ ਹੈ। ਕਾਸਿਮ ਆਖਿਆ ਚਾਚਾ ਨਾ ਅਕਬਰ ਵਜੇ ਨਾ ਤੁਸਾਂ ਕੱਲ ਮੈਂ ਵੈਸਾ, ਮੇਰੇ ਵਜਣ ਨਾਲ ਨਾ ਕਮਰ ਟੁੱਟਣੀ ਹੈ ਨਾ ਨੀਂਦ ਮੁੱਕਣੀ ਹੈ। ਇਹ ਗੱਲ ਹੁਸੈਨ ਸੁਣੀ ਹੈ, ਹਾਂ ਅੱਲਾ ਆਖਿਆ ਤੈਨੂੰ ਬੜਾ ਨੁਕਸਾਨ ਹੋਣਾ, ਤੂੰ ਮੇਰੇ ਵਿਰਾਹ ਦੀ ਨਿਸ਼ਾਨੀ ਹੈ ਤੇ ਬੇਵਾ ਮਾਂ ਦਾ ਸਹਾਰਾ ਹੈ। ਬਸ ਇੱਜ਼ਤ ਵਾਲੇ ਜਿਹੜਾ ਜਵਾਨ ਲਾਹਦੇ ਰਹਿਣ ਕਰਬਲਾ ਚ, ਇਮਾਮ ਹੁਸੈਨ ਨੂੰ ਟੂ ਜਵਾਨੇ ਦੀ ਮੌਤ ਖਾ ਗਈ, ਇੱਕ ਅੱਬਾਸ ਵਿਰਾਹ ਦੀ ਤੇ ਇੱਕ ਅਕਬਰ ਦੀ। ਅੱਬਾਸ ਦੀ ਲਾਸ਼ ਤੇ ਆਦਾ ਹਾਂ ਤੇਰੀ ਮੌਤ ਮੇਰੀ ਕਮਰ ਟੁੱਟ ਗਈ, ਅਕਬਰ ਦੀ ਲਾਸ਼ ਤੇ ਆਦਾ ਹਾਂ ਤੇਰੇ ਲਾਹਾਂ ਨਾਲ ਮੇਰੀ ਦੀਦ ਮੁੱਕ ਗਈ। ਇੱਜ਼ਤ ਵਾਲੇ ਲੋਕੋ ਜਿਹੜਾ ਗਾਜ਼ੀ ਹੈ ਨਾ ਮੌਲਾ ਮੇਰੇ ਕੋ ਇਜਾਜ਼ਤ ਦਿਓ, ਰੋਹ ਤੇ ਸ਼ਬੀਰ ਫਰਮਾਇਆ ਅੰਤ ਅਲਾਮਤ ਨਸਕਰੀ, ਤੂੰ ਤਾਂ ਮੇਰੀ ਫੌਜ ਦਾ ਜਰਨਾਇਲ ਹੈ, ਅੱਬਾਸ ਤੇਰੇ ਲਾਹਾਂ ਨਾਲ ਜੰਗ ਮੁੱਕ ਵੱਜਣੀ। ਅੱਬਾਸ ਜਿਤਨਾ ਤੱਕ ਤੂੰ ਜ਼ਿੰਦਾ ਹੈ ਤੇਰੇ ਭੇਣੀ ਦੇ ਹੌਸਲੇ ਬੁਲੰਦ ਹੈ, ਦੁਸ਼ਮਨ ਖੌਫ ਜ਼ਦਾ ਹੈ, ਅੱਬਾਸ ਤੇਰੇ ਲਾਹਣ ਦੀ ਦੇਰ ਹੈ, ਉਹਨਾਂ ਦੇ ਹੌਸਲੇ ਵੱਧ ਰਹੇ ਸਨ, ਤੇਰੀਆਂ ਭੇਣਾਂ ਰੁਲ ਵੱਜਣੀਆਂ,
ਇਹਨਾਂ ਦੀਆਂ ਚਾਦਰਾਂ ਲੁੱਟੀਆਂ ਮੰਗਣੀਆਂ। ਅਕਬਰ ਟੁਰਨ ਲੱਗਾ ਤਾਂ ਇਜਾਜ਼ਤ ਮੰਗੀ, ਕਾਸਿਮ ਟੁਰਨ ਲੱਗਾ ਤਾਂ ਇਜਾਜ਼ਤ ਮੰਗੀ, ਕੋਸ਼ਿਸ਼ ਬੜੀ ਕੀਤੀ ਇਸ ਜਗ੍ਹਾ ਕੋਈ ਇਜਾਜ਼ਤ ਮਿਲ ਪੋ, ਇੱਜ਼ਤ ਵਾਲੇ ਆ ਖੜੇ ਆਪਣੀ ਜ਼ੌਜਾ ਦੇ ਕੋਲ ਤੇ ਬੀਬੀ ਆ ਕੇ ਅੱਬਾਸ ਮੇਰਾ ਦਿਲ ਕਰੇ ਮੈਂ ਨਜਫ ਵਜਾਂ। ਕਿਉਂ ਫਜ਼ਲ ਦੀ ਮਾਂ ਅੱਬਾਸ ਹਰ ਖੈਮੇ ਚ ਮਾਸੂਮਾ ਇੱਕ ਦਫਾ ਗਈਏ, ਤੇਰੇ ਮਾਸਕੀ ਦਾ ਖੈਮਾ ਸਮਝਦੇ ਹੋਏ ਕਈ ਦਫਾ ਆਈਏ, ਆਦੀ ਚਾਚੀ ਮੇਰਾ ਅਸਗਰ ਦੱਸਾ ਰਾਤੀਆ ਦਿਨ ਮੇਰੇ ਕੋਈ ਇਜਾਜ਼ਤ ਨਹੀਂ ਮਿਲਦੀ ਪੜ੍ਹਨ ਲਈ, ਤਾਂ ਜੁਮਲਾ ਪੜ੍ਹ ਦੇ ਤੇਰੀ ਇਬਾਦਤ ਵਾਸਤੇ ਮੈਂ ਦੁਹਰਾ ਦੇਣਾ। ਬੀਬੀ ਆਦੀ ਜਿਹੜਾ ਮੈਂ ਅਲੀ ਹਮਨਾ ਤੁਹਾਡੇ ਘਰ ਅਲੀ ਦੀ ਧੀ ਆਖਾ ਆਈ ਮੇਰੇ ਕੋਲੋਂ ਕੁਛ ਮੰਗ ਤੇ ਮੈਂ ਦੇਵਾਂ, ਮੈਂ ਆਖਾ ਬੀਬੀ ਰੱਖ ਛੋੜੋ ਜਿਹਦਾ ਜ਼ਰੂਰਤ ਪੋਸੇ ਮੈਂ ਮੰਗ ਹਿੰਸਾਂ, ਆਓ ਮੇਰੇ ਨਾਲ ਜੁਲੋ ਮੈਂ ਤੁਹਾਡੀ ਮੌਤ ਦੀ ਇਜਾਜ਼ਤ ਮੰਗਦੀ। ਰਾਵੀ ਤੋਂ ਨਾਲ ਲੱਗ ਕੇ ਉਸ ਪਾਸੇ ਤੁਰੇ ਜਿੱਥਾਂ ਬੇੜੀ ਬੈਠੀਆਂ, ਇਤਨਾ ਤੱਕ ਫਜ਼ਲ ਭਜਦਾ ਅੰਮਾ ਬਾਬੇ ਦੀ ਮੌਤ ਦੀ ਇਜਾਜ਼ਤ ਨਾ ਮੰਗੇ। ਕਿਉਂ ਫਜ਼ਲ, ਤੈਂ ਤੂੰ ਯਕੀਮੀ ਬਰਦਾਸ਼ਤ ਨਹੀਂ ਥੀਂਦੀ, ਅੰਮਾ ਮੈਂ ਵੀ ਸਹਿਵੇ ਸਾਂ, ਸਕੀਨਾ ਦੀ ਨਿਭ ਹੋਏ ਸੇ ਅਸਗਰ ਦੀ ਨਿਭ ਹੋਏ ਸੇ, ਮੈਂ ਦੇਖ ਆਇਆ ਜਿਸ ਵੇਲੇ ਤੇ ਤੁਸੀਂ ਟੁਰੇ ਹੋ ਨਾ ਮੌਲਾ ਹੁਸੈਨ ਦੀ ਬਾਦ ਖੁੱਲ ਗਈ ਹੈ, ਨਾ ਜਾ ਉਹਦਾ ਮੂੰਹ ਕਰਕੇ ਖੜਾ ਦੇ ਬਾਬਾ ਮੇਰਾ ਅੱਬਾਸ ਟੁਰਦਾ ਪੇ ਸਲਾਮ ਅਸਦਾ ਨੇ ਇੰਡੀਆ ਦੇ ਮਰਦੇ ਹੋਣੇ। ਬਿਸਮਿਲਾ ਕਰ, ਬਿਸਮਿਲਾ ਕਰ ਮਾ ਅੱਬਾਸ ਮਾਮਾ ਬੁਲਾਉਂਦੇ ਪਏ ਹੈ, ਦਿੱਠੇ ਨੇ ਢੇਰ ਸਾਰੇ ਬੱਚੇ ਉਸ ਜਾ ਤੇ ਸੁੱਤੇ ਹੋਏ ਜਿੱਦਾਂ ਪਾਣੀ ਦੀਆਂ ਮਸ਼ਕਾਂ ਰੱਖੀਆਂ ਹੋਈਆਂ, ਮਸ਼ਕਾਂ 'ਚ ਪਾਣੀ ਤਾਂ ਬਚਣਾ ਹੀ ਨਹੀਂ ਆ, ਉਸ ਤਰ ਜਗ੍ਹਾ ਤੇ ਬੱਚੇ ਸੁੱਤੇ ਹੋਏ ਹੈ। ਰਾਤੀ ਤੂੰ ਇਹ ਹਾਲਤ ਨਹੀਂ ਦਿੱਠੀ ਗਈ, ਬਸ ਫਰਮਾਇਆ ਅੱਬਾਸ ਵੇਨੇ ਤਾਂ ਟੁਰ ਵਨ, ਲੇਕਿਨ ਜਿਹਨਾਂ ਆਖਿਆ ਇਸ ਨਾ ਟੁਰ ਵਨ, ਉਸ ਵੇਲੇ ਇਸ਼ਾਰਾ ਕੀਤਾ ਇਸ ਤੇ ਹੁਸੈਨ ਰੋ ਪਏ। ਰਾਧਿਆ ਦੇ ਮੌਲਾ ਮੇਰੇ ਜੀ ਨੇ ਤੁਸੀਂ ਕਿਉਂ ਰੋਂਦੇ ਹੋ, ਸੁਣ ਸੇ ਸ਼ਰੀਫਾ ਹੁਸੈਨ ਅਦਨ ਅੱਬਾਸ ਇੱਕ ਗੱਲ ਦਾ ਮੇਰੇ ਕੋਲ ਜਵਾਬ ਦੇ, 57 ਸਾਲ ਦੇ ਬੁੱਢੜੇ ਨੇ 7 ਫਿਰਾਂ ਉਸ ਗਏ ਹੋਵੇ, 8ਵਾਂ ਮੌਤ ਦੀ ਇਜਾਜ਼ਤ ਖੜਾ ਮੰਗਦਾ ਹੋਵੇ, ਹੁਸੈਨ ਰੋਵੇ ਨਾ ਤੇ ਜਾ ਕਰੇ ਅੱਬਾਸ ਤੇਰੇ ਸਹਾਰੇ ਤੇ ਮੈਂ ਵੇਣੀ ਕਹਿੰਦਾ ਰਿਹਾ ਅੱਲਾ ਹੋਵੇ ਧੀਆਂ ਦੇ ਪਰਦੇ ਹੋਣੇ ਹਕੀਕਤ ਰੋਵਣ ਵਾਲਾ ਬਿਸਮਿਲਾ ਕਰਾਂ ਤੇਰੇ ਸਹਾਰੇ ਤੇ ਮੈਂ ਵੇਣੀ ਕਹਿੰਦਾ ਰਿਹਾ ਤੇਰੇ ਲਹਾਣ ਦੇ ਬਾਅਦ ਇਹਨਾਂ ਦਾ ਅੱਲਾ ਹਾਫਿਜ਼ ਅੱਬਾਸ ਵੱਜ ਪਾਣੀ ਕਹਿੰਦਾ ਇੱਜ਼ਤ ਨੇ ਲੋਕੋ ਰਾਜੀ ਤੁਰ ਪਿਆ 4000 ਦਾ ਲਸ਼ਕਰ ਉਹਨਾਂ ਦਾ ਪਹਿਰਾ ਹਾਈ ਪਾਣੀ ਤੇ ਰਾਜੀ ਨੇ ਪਹਿਰਾ ਹਟਾਇਆ ਮਸ਼ਕ ਭਰੀ ਮੀਰ ਅਨੀਸ ਲਿਖਦਾ ਜਿਹਨੇ ਅੱਬਾਸ ਪਾਣੀ ਦਾਖਿਲ ਥਾਏ ਨਾ ਰਾਜੀ ਨੇ ਆਪਣੀਆਂ ਸਾਸਾਂ ਰੋਕ ਕੀਤੀ ਹੈ ਕਿ ਤਾਈ ਦਰਿਆ ਦੀ ਠੰਡਕ ਮੇਰੇ ਅੰਦਰ ਨਾ ਵੰਜੇ। ਸਲਾਮਤ ਰਹੋ, ਸਲਾਮਤ ਰਹੋ, ਸਲਾਮਤ ਰਹੋ, ਬਿਸਮਿਲਾ ਕਰੋ। ਮਸ਼ਕ ਭਰੀ ਤੇ ਫੌਰਨ ਨਿਕਲਾ ਲੜਦਾ ਲਹਾ ਅੱਬਾਸ, ਹਰ ਪਾਸੋਂ ਆਵਾਜ਼ ਆਈ ਮਾਰੋ ਪਾਣੀ ਖੈਮਾ ਤੱਕ ਨਾ ਵੰਜੇ। ਹਮਲੇ ਸ਼ੁਰੂ ਹੋਏ ਅੱਬਾਸ ਦਿਫਾ ਕਰੇ ਨਾਂ ਦਾ ਹਕੀਮ ਤੁਫੈਲ ਦੀਵਾਰ ਨਾਲ, ਗਾਜ਼ੀ ਦਾ ਸਜਾ ਵਾਲੋ ਖਤਮ ਹੋਇਆ ਜਨ ਸਕੀਨਾ ਦਾ ਸਦਕਾ, ਨੌਫਲ ਦੀਵਾਰ ਨਾਲ ਖਬਾ ਵਾਲੋ ਕਲਮ ਥਾ ਜਨ ਅਸਗਰ ਦਾ ਸਦਕਾ, ਜਿਸ ਵੇਲੇ ਵਾਲੋ ਕਲਮ ਹੋਏ ਅਲਮ ਝੁਕਿਆ ਤੇ ਵੱਤ ਬੁਲੰਦ ਹੋਇਆ ਮਾਇਆ ਦਾ ਫਿਜ਼ਾ ਸ਼ਰੀਫ ਜਾਦਾਰਾ ਪਾਣੀ ਲੁੜ ਜੁਲਾਏ ਪਾਣੀ ਦਾ ਲੁੜਨਾ
अब्बास लथा है शबीर मक्ताल चाया है झरना है कि थई बालू चाया है वाद दूसरा बालू चाया है मशक चाया है से आलम चाया है शरीफ अदादारा होन सिरा दुआ बेट अब्बास सारे झोली अज पाया है आदे अब्बास उठी देख मैं गरीबा सदा वसदा रहे सदा वसदा ریڈ نیوز خبر سے تحقیق تک